आमिर कदों प्यार होया? प्यार आज तो 1.5 साल पहले होया। कैन जो है आमने सामने घर दे होंदे मेरे हल वेख आमने सामने, यानी मैं अपने काम तो ना अपने घर होंदी सफाई करना दे, सफाई करन दे बहाने एक दूसरे इशारे वगैरह करी दे सी। इशारे कर दे सी जी। फिर नंबर कैन दे लेता? नंबर अपने कारखाने दी छत तो दिता सी। अच्छा, वो तो फिर मामला बढ़ता रहा। हाँ जी, मुलाकातें भी हुई जी। की होया मुलाकातों के? मुलाकातों में आपस एक दूसरे को मिले, उन्होंने घर जाके मिले वा, 2-3 दफा गए। अच्छा, ला लो की 2-3 दफा यानी कि मिले वा उन्होंने घर जाके उन्होंने मैं। अच्छा, तो किन्ने भैन भरा हो तुम? असी 5 भैन भरा वे सब तो। हाँ जी। ਘਰ ਦਾ ਕਫੀਲ ਕੌਣ ਹੈ? ਮੈਂ। ਵਾਲਦ ਨਹੀਂ ਤੇਰਾ? ਨਹੀਂ, ਵਾਲਦ ਫੋਤ ਹੋ। ਅੱਛਾ, ਤੂੰ ਹੀ ਕਮਾ ਕੇ ਖਿਲਾਨਾ ਘਰ ਨੂੰ? ਅੱਛਾ, ਤੇ ਨਾਲ ਨਾਲ ਇਸ਼ਕ ਵੀ ਕਰਨਾ? ਹਾਂਜੀ। ਅੱਛਾ, ਫਿਰ ਕਰਦਾ ਰਿਹਾ, ਮੁਹੱਬਤ ਹੁੰਦੀ ਰਹੀ। ਫਿਰ ਅੱਗੇ ਕਿਸ ਹੱਦ ਤੱਕ ਚਲਾ ਗਿਆ ਕਿ ਸ਼ਾਦੀ? ਸ਼ਾਦੀ ਦੀ ਕਰ ਗਏ ਹਾਂ। ਕਹਿੰਦ ਗਿਆ ਸ਼ਾਦੀ ਤੱਕ? ਉਹਨਾਂ ਦੇ ਉਹਦੀ ਵਾਲਦਾ ਨੂੰ ਕਿਹਾ ਸ਼ਾਦੀ ਦੇ ਬਾਰੇ, ਮਗਰ ਉਹਦੀ ਵਾਲਦਾ ਨਹੀਂ ਮੰਨੇ। 4 ਦਫਾ ਮੇਰੀ ਵਾਲਦਾ ਗਈ ਉਹਨਾਂ ਦੇ ਘਰ ਸ਼ਾਦੀ ਦਾ ਕਹਿਣ ਵਾਸਤੇ। ਅੱਛਾ, ਮਗਰ ਉਹਦੀ ਵਾਲਦਾ ਨਹੀਂ। ਕਿਉਂ ਨਹੀਂ ਮੰਨੇ? ਕਹਿੰਦੇ ਕਿ ਨਹੀਂ ਕਰਨੀ ਅਸੀਂ ਸ਼ਾਦੀ। ਨਹੀਂ ਕਰਨੀ ਕੁੜੀ ਦੀ ਸ਼ਾਦੀ? ਫਿਰ ਕੁੜੀ ਕੀ ਕਹਿੰਦੀ ਸੀ? ਕੁੜੀ 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 ਰਾਜ਼ੀ ਸੀ ਸ਼ਾਦੀ ਕਰਨ ਵਾਸਤੇ। ਅੱਛਾ, ਉਹਦੀ ਵਾਲਦਾ ਨਹੀਂ ਸੀ ਕਰਨ ਦਿੰਦੀ? ਨਹੀਂ ਕਰਨ ਦਿੰਦੀ? ਨਹੀਂ। ਕਿਉਂ ਮਨਾ ਕਰਦੀ ਸੀ ਵਾਲਦਾ? ਮੈਂ ਉਹਨੂੰ, ਮੈਨੂੰ ਪਤਾ, ਮੈਂ ਮੇਰੇ ਨਾਲ ਨਹੀਂ ਸੀ ਬੋਲਦੇ। ਅੱਛਾ, ਫਿਰ ਕੀ ਪਲਾਨ ਹੋਇਆ? ਫਿਰ ਕੁਝ, ਕੋਈ ਪਲਾਨ ਨਹੀਂ ਹੋਇਆ ਸਰ। ਤੇ ਸ਼ਾਦੀ ਨਹੀਂ ਹੋ ਰਹੀ ਸੀ? ਨਹੀਂ। ਸਕੂਨ ਦੇ ਨਾਲ ਫਿਰ ਤੂੰ ਮੰਨ ਲਿਆ ਕਿ ਨਹੀਂ ਹੋਣੀ ਸ਼ਾਦੀ? ਨਹੀਂ। ਮੰਨ ਲਈ? ਮੰਨਿਆ ਨਹੀਂ ਸੀ, ਮਗਰ ਉਹਨੇ ਕਿਹਾ ਸੀ ਕਿ ਮੈਂ ਆਵਾਂਗੀ ਵਾਪਸ ਸ਼ਾਦੀ ਤੋਂ ਬਾਅਦ। ਸ਼ਾਦੀ ਤੋਂ ਬਾਅਦ ਵਾਪਸ ਆਏਗੀ? ਨਹੀਂ, ਉਹ ਹੁਣ ਸ਼ਾਦੀ ਜਿਹੜੀ ਉਹਦੀ ਹੋਈ ਉਹ ਕਿੰਨੀ ਦੇਰ ਬਾਅਦ ਹੋਈ ਤੇਰੇ ਨਾਲ ਮੁਹੱਬਤ ਕਰਨ ਦੇ? ਕਿੰਨੀ ਦੇਰ ਬਾਅਦ ਉਹਦਾ ਨਿਕਾਹ ਹੋਇਆ? ਮੇਰੇ ਨਾਲ 1 ਸਾਲ ਪਹਿਲੇ ਹੋਇਆ ਨਿਕਾਹ, ਮੇਰੇ ਨਾਲ ਮਿਲਣ ਤੋਂ ਪਹਿਲੇ। ਤੇਰੇ ਨਾਲ ਮਿਲਣ ਤੋਂ ਪਹਿਲੇ ਨਿਕਾਹ ਹੋਇਆ? ਨਿਕਾਹ ਹੋਇਆ ਸੀ। ਅੱਛਾ 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 ਅੱਛਾ, ਹੋਇਆ ਸੀ ਉਹ? ਹੋਇਆ ਸੀ। ਤੇ ਉਹ ਕੀ ਕਹਿੰਦੀ ਸੀ? ਕੁਛ ਵੀ ਨਹੀਂ, ਉਹ ਮੁੰਡੇ ਨੂੰ ਪਸੰਦ ਨਹੀਂ ਸੀ ਕਰਦੀ। ਮੁੰਡਾ ਕੀ ਕਰਦਾ ਸੀ? ਮੁੰਡਾ ਜੁੱਤੀਆਂ ਦਾ ਹੀ ਕੰਮ ਕਰਦਾ ਸੀ। ਅੱਛਾ, ਤੇਰੇ ਵਰਗਈ ਸੀ? ਮੇਰੇ ਵਰਗਈ ਸੀ। ਅੱਛਾ, ਉਹਨੂੰ ਪਸੰਦ ਨਹੀਂ ਕਰਦੀ? ਨਹੀਂ ਕਰਦੀ ਸੀ। ਫਿਰ ਕੀ ਕਹਿੰਦੀ ਸੀ? ਮੈਂ ਸ਼ਾਦੀ ਤੋਂ ਬਾਅਦ ਆਵਾਂਗੀ। ਸ਼ਾਦੀ ਤੋਂ ਬਾਅਦ ਵਾਪਸ ਆਵਾਂਗੀ। ਹੁੰਦਾ ਕੀ ਰਿਹਾ ਸਟੋਰੀ ਸੁਣਾ ਨਾ ਸਾਰੀ। ਹੁੰਦਾ ਇਹੀ ਕਿ ਸ਼ਾਦੀ ਤੋਂ ਬਾਅਦ ਵਾਪਸ ਆਵਾਂਗੀ, ਜ਼ਿਆਦਾ ਗੱਲ ਨਹੀਂ ਸੀ ਕਰਦੇ ਅਸੀਂ ਆਪਸ 'ਚ। ਰਾਤ ਨੂੰ ਸਿਰਫ ਥੋੜ੍ਹੀ ਦੇਰ ਵਾਸਤੇ ਗੱਲ ਹੁੰਦੀ ਸੀ, ਉਸ ਤੋਂ ਬਾਅਦ ਫੋਨ ਬੰਦ ਹੋ ਜਾਂਦੇ, ਕਿਉਂਕਿ ਉਹਦੀ ਵਾਲਦਾ ਘਰ ਹੁੰਦੀ ਸੀ ਰਾਤ। ਅੱਛਾ, ਭੈਣ ਭਰਾ ਦੇ ਘਰ ਹੁੰਦੇ ਸੀ ਤੇ ਜ਼ਿਆਦਾ ਗੱਲ ਨਹੀਂ ਸੀ ਕਰਦੀ। ਨਿਕਾਹ ਹੋਇਆ ਸੀ, ਉਹਦੀ ਰੁਖਸਤੀ ਕਦੋਂ ਹੋਈ? ਰੁਖਸਤੀ 9 ਤਰੀਕ ਨੂੰ ਮੇਰੇ ਨਾਲ ਹੋਈ ਉਹਦੀ। ਤੇਰੇ ਖਿਆਲ ਨਾਲ 5 ਤਰੀਕ ਹਰੇ ਦਿਨ ਉਹਦਾ ਵਿਆਹ ਸੀ? ਅੱਛਾ, 9 ਤਰੀਕ ਹਰੇ ਦਿਨ ਉਹਦਾ ਮੁਕਲਾਵਾ ਗਿਆ। ਅੱਛਾ, ਉਹ ਤੋਂ ਯਾਨੀ ਕਿ ਹੋਇਆ ਕੀ ਹੋਇਆ ਉਹ ਸਾਰੀ ਗੱਲ ਦੱਸ ਤੂੰ। ਉਸ ਦਿਨ ਉਹਨੇ ਜਦੋਂ ਰੁਖਸਤੀ ਹੋਈ ਉਹਦੇ ਨਾਲ ਤੇਰੀ, ਉਸ ਤੋਂ ਪਹਿਲੇ ਗੱਲ ਕੀ ਹੋਈ, ਪਲੈਨਿੰਗ ਕੀ ਹੋਈ, ਉਹ ਸਾਰਾ ਕੁਝ ਦੱਸ। ਪਲੈਨਿੰਗ ਕੋਈ ਵੀ ਨਹੀਂ ਹੋਈ, ਪਲੈਨਿੰਗ ਸਿਰਫ ਮੌਕੇ ਦੇ ਹੀ ਉਹਨੇ ਮੈਨੂੰ ਕਿਹਾ ਕਿ ਇਸ ਤਰ੍ਹਾਂ ਨੂੰ ਮਾਰ ਦੇ। ਕਿਹੜੇ ਮੌਕੇ ਤੇ? ਕਿਹਾ ਯਾਨੀ ਕਿ ਜਦੋਂ ਮੁਕਲਾਵੇ ਵਾਲੇ ਦਿਨ ਚੱਲੇ ਸੀ ਉਹਨੇ ਉਦੋਂ ਮੈਨੂੰ ਕਿਹਾ ਕਿ ਉਹਨੂੰ ਮਾਰ ਦੇ। ਮੁਕਲਾਵੇ ਵਾਲੇ ਦਿਨ ਕਿਹਾ? ਹਾਂਜੀ। ਬਰਾਤ ਵਾਲੇ ਦਿਨ ਤੂੰ ਉਹਦਾ ਪਿੱਛਾ ਨਹੀਂ ਕਰਦਾ ਰਿਹਾ ਚਾਦਰੇ ਤੱਕ? ਬਰਾਤ ਵਾਲੇ ਦਿਨ ਉਹਦੇ ਪਿੱਛੇ ਗਏ ਹਾਂ ਜ਼ਰੂਰ। ਹਾਂ, ਕੀ ਕਰਨ ਗਏ ਸੀ? ਜੈਸੇ ਹੈ ਮਾਰਨ ਦੇ ਚੱਕਰ 'ਚ ਗਏ ਸਾਂ। ਤੇ ਫਿਰ ਉਹ ਗੱਲ ਦੱਸ ਨਾ ਸਾਰੀ ਖੁੱਲ੍ਹ ਕੇ, ਹੁਣ ਤਾਂ ਤੂੰ ਫੜਿਆ ਗਿਆ, ਹੁਣ ਝੂਠ ਕਿਉਂ ਬੋਲ ਰਿਹਾ? ਮਗਰ ਬਰਾਤ ਵਾਲੇ ਦਿਨ ਉਹਨੇ ਨਹੀਂ ਸੀ ਕਿਹਾ ਮਾਰਨ ਦਾ। ਬਰਾਤ ਵਾਲੇ ਦਿਨ ਆਪ ਮਾਰਨਾ ਸੀ? ਮਾਰਨਾ ਸੀ। ਆਪਣਾ ਪਲਾਨ ਕੀਤਾ ਸੀ? ਆਪਣਾ ਪਲਾਨ ਕੀਤਾ। ਉਹ ਕੀ ਕੀਤਾ ਉਹ ਸਾਰਾ ਕੁਝ ਬਕੂਆ ਸੁਣਾ। ਬਰਾਤ ਵਾਲੇ ਦਿਨ ਇਹੀ ਪਲਾਨ ਕੀਤਾ ਕਿ ਜਦੋਂ ਕਾਰ ਮੇਰੇ ਹੱਲ ਵੇਖ ਨਾ, ਜਦੋਂ ਨਿਕਲਣਗੇ ਉਦੋਂ ਇਹਨਾਂ ਦਾ ਪਿੱਛਾ ਕਰਾਂਗੇ, ਜਿੱਥੇ ਮੌਕਾ ਮਿਲਿਆ ਉੱਥੇ ਮਾਰ ਦਾਂਗੇ। ਕਿੱਥੋਂ ਨਿਕਲੇ, ਕਿੰਝ ਨਿਕਲੇ, ਨਾਲ ਕੌਣ ਸੀ, ਕਿੱਥੋਂ ਪਿਸਤੌਲ ਲਿੱਤੇ? ਪਿਸਤੌਲ ਇੱਕ ਮੁੰਡੇ ਦਾ ਹੈਗਾ ਸੀ। ਕਿਹੜਾ ਮੁੰਡਾ? ਉਹ ਆਸਮ। ਕੀ ਕਿਹਾ ਉਹਨੂੰ? ਉਹਨੂੰ ਕਿਹਾ ਪਿਸਤੌਲ ਚਾਹੀਦਾ, ਉਹਨੇ ਦੇ ਦਿੱਤਾ। ਅੱਛਾ, ਫਿਰ ਨਾਲ ਕਿਹਨੂੰ ਫੜਿਆ? ਨਾਲ ਮੁੰਡਾ ਹੈਗਾ ਸੀ ਅਬਾਸ, ਉਹਨੂੰ ਲੈ ਕੇ ਆਸਾਂ ਬਰਾਤ ਵਾਲੇ ਦਿਨ। ਅੱਛਾ, ਅਸੀਂ ਦੋਵੇਂ ਗਏ ਮਗਰ ਉਹ ਨਿਕਲ ਗਏ ਸੀ ਅੱਗੇ ਅਤੇ ਅਸੀਂ ਫਿਰ ਵਾਪਸ ਆ ਗਏ ਉੱਥੇ। ਅੱਛਾ, ਨਜ਼ਰ ਹੀ ਨਹੀਂ ਆਇਆ? ਨਜ਼ਰ ਹੀ ਨਹੀਂ ਆਇਆ ਉਹ। ਅੱਛਾ, ਬਰਾਤ ਵਾਲੇ ਦਿਨ? ਬਰਾਤ ਵਾਲੇ ਦਿਨ, ਠੀਕ ਹੈ। ਫਿਰ ਵਾਪਸ ਆ ਗਏ? ਫਿਰ ਅਸੀਂ ਵਾਪਸ। ਫਿਰ ਕੀ ਸੋਚਿਆ ਆ ਕੇ? ਫਿਰ ਕੁਛ ਵੀ ਨਹੀਂ, ਫਿਰ ਇਹੀ ਸੋਚਿਆ ਕਿ ਬਸ ਹੁਣ ਛੱਡਦੀ ਹਾਂ, ਹੁਣ ਨਹੀਂ ਆ ਕੰਮ ਕਰਨਾ। ਮਗਰ ਉਹ ਵਲੀਮੇ ਮੁਕਲਾਵੇ ਵਾਲੇ ਦਿਨ ਕੁੜੀ ਦਾ ਫੋਨ ਆਇਆ ਸੀ। ਮੁਕਲਾਵੇ ਦੇ ਵਾਲੇ ਦਿਨ ਉਹਨੇ ਮੈਨੂੰ ਕਿਹਾ ਕਿ ਇਸ ਤਰ੍ਹਾਂ ਗੱਲ ਕੰਮ ਕਰਨਾ। ਕੀ ਇਸ ਤਰ੍ਹਾਂ ਗੱਲ ਕਰਨੀ ਹੈ? ਉਹ ਪੂਰੀ ਖੁੱਲ੍ਹ ਕੇ ਦੱਸ, ਇੰਨਾ ਫੌਰੀ ਤੌਰ 'ਤੇ ਉਹਨੇ ਇਹ ਥੋੜ੍ਹੀ ਕਿਹਾ ਹੋਏਗਾ ਕਿ ਕਤਲ ਕਰਨਾ? ਫੌਰੀ ਤੌਰ 'ਤੇ ਉਹਨੇ ਇਹੀ ਕਿਹਾ ਕਿ ਇਸ ਤਰ੍ਹਾਂ ਯਾਨੀ ਕਿ ਅੱਜ ਮੈਂ ਚੱਲੀ ਹਾਂ, ਹਾਂ, ਅਤੇ ਉਹਨੂੰ ਅੱਜ ਮੌਕਾ ਹੈਗਾ ਤਾਂ ਉਹਨੂੰ ਮਾਰ ਦਿਓ। ਜਿਵੇਂ ਅੱਜ ਮੌਕਾ ਤਾਂ ਪਹਿਲੇ ਤੇਰੇ ਨਾਲ ਉਹਨੇ ਗੱਲ ਕੀਤੀ ਹੋਏਗੀ ਨਾ? ਪਹਿਲੇ ਯਾਨੀ ਕਿ ਇਹੀ ਗੱਲ ਹੋਈ ਸੀ ਕਿ ਨਹੀਂ ਕਰਾਂਗੇ ਅੱਜ ਗੱਲਬਾਤ, ਯਾਨੀ ਕਿ ਆਪਸ ਦੇ ਵਿੱਚ ਆਪਸ 'ਚ ਰਿਸ਼ਤਾ ਨਹੀਂ ਰੱਖਾਂਗੇ ਸ਼ਾਦੀ ਤੋਂ ਬਾਅਦ? ਨਹੀਂ। ਅੱਛਾ, ਉਹਨੇ ਕੁੜੀ ਨੇ ਕਿਹਾ ਜੇ ਆ ਗਈ ਤਾਂ ਫਿਰ ਹੋਏਗਾ, ਜੇ ਨਾ ਆ ਸਕੀ ਤਾਂ ਫਿਰ ਨਹੀਂ ਹੋਏਗਾ ਰਿਸ਼ਤਾ। ਮਾਰਨ ਮੜਾਉਣ ਦੀ ਗੱਲ ਯਾਨੀ ਕਿ ਮੁਕਲਾਵੇ ਵਾਲੇ ਦਿਨ ਤੋਂ ਸ਼ੁਰੂ ਹੋਈ ਸੀ। ਅੱਛਾ, ਉਹਨੇ ਤਾਂ ਫੋਨ ਕੀਤਾ? ਫੋਨ ਕੀਤਾ ਸੀ ਰਾਤ ਨੂੰ ਜਦੋਂ ਉਹਨੇ ਜਾਣ ਲੱਗੇ, ਦੂਸਰਾ ਫੋਨ ਜਦੋਂ ਆਇਆ ਨਾ ਮੈਨੂੰ, ਜਿਹੜਾ ਮੈਂ ਸੁਣਿਆ, ਉਹਨੇ ਮੈਨੂੰ ਉਦੋਂ ਕਿਹਾ ਕਿ ਇਹਨੂੰ ਮਾਰ ਦੀ। ਅੱਛਾ,
ਉਦੋਂ ਯਾਨੀ ਕਿ ਅਸੀਂ ਗਏ ਬਸ ਮੈਂ ਅੱਛਾ ਤੂੰ ਫੌਰੀ ਤਿਆਰ ਹੋ ਗਿਆ ਤੂੰ ਤਾਂ ਪਹਿਲਾਂ ਹੀ ਮਾਰਨ ਦੇ ਚੱਕਰ ਹੈ ਤੁਸੀਂ ਅੱਛਾ ਮਗਰ ਜਦੋਂ ਪਹਿਲੇ ਹੈਗਾ ਸੀ ਉਸ ਤੋਂ ਬਾਅਦ ਜਦੋਂ ਨਹੀਂ ਹੋਇਆ ਮਗਰ ਮੈਂ ਦੁਬਾਰਾ ਕੋਸ਼ਿਸ਼ ਨਹੀਂ ਕੀਤੀ ਮੈਂ ਅੱਛਾ ਫਿਰ ਕੁੜੀ ਦੇ ਕਹਿਣ ਦੇ ਉੱਤੇ ਕੁੜੀ ਦੇ ਕਹਿਣ ਤੇ ਫਿਰ ਉਹੀ ਪਿਸਤੌਲ ਉਹੀ ਪਿਸਤੌਲ ਇੱਕ ਹੀ ਸੀ ਪਿਸਤੌਲ ਇੱਕ ਹੀ ਪਿਸਤੌਲ ਤੇ ਨਾਲ ਕਿਹਨੂੰ ਫੜਿਆ ਨਾਲ ਇਹ ਮੁੰਡਾ ਹੈਗਾ ਸੀ ਕੀ ਨਾਂ ਇਹਦਾ ਅਬਾਸ ਉਹ ਉਸਮਾਨ ਨਾਮ ਹੈ ਇਹਦਾ ਉਸਮਾਨ ਉਸਮਾਨ ਨੂੰ ਕੀ ਕਿਹਾ ਉਸਮਾਨ ਨੂੰ ਇਹੀ ਕਿਹਾ ਕਿ ਅਸੀਂ ਜਾਣਾ ਫੋਨ ਆਇਆ ਇਸ ਤਰ੍ਹਾਂ ਯਾਨੀ ਕਿ ਉਹਨੂੰ ਮਾਰਨਾ ਕੁੜ ਕਹਿਣ ਦੀ ਅਸੀਂ ਮਹਿੰਦੀ ਤੇ ਬੈਠੇ ਸਾਂ ਉੱਥੋਂ ਯਾਨੀ ਕਿ ਅਸੀਂ ਗਏ ਨਾ ਕਿਸੇ ਦੀ ਮਹਿੰਦੀ ਕਿਸੇ ਦੀ ਮਹਿੰਦੀ ਤੇ ਬੈਠੇ ਅੱਛਾ ਦੋਨੋਂ ਨਿਕਲੇ ਦੋਨੋਂ ਨਿਕਲੇ ਫੌਰੀ ਉਹ ਕੰਮ ਮੰਨਿਆ ਉਹਦਾ ਹੈਂ ਹਾਂਜੀ ਅੱਛਾ ਫਿਰ ਚਲੇ ਗਏ ਫਿਰ ਅਸੀਂ ਉਹਨੂੰ ਕਿੱਧਰ ਕਿੱਧਰ ਗਏ ਉਹ ਕਿੱਥੇ ਆਇਆ ਸੀ ਉਹ ਸਾਰਾ ਬਕੂਆ ਸੁਣਾ ਚੁਬੱਚੇ ਫਾਟਕ ਤੇ ਜਾਂਦੇ ਸੀ ਉਹ ਨਹੀਂ ਚੁਬੱਚੇ ਫਾਟਕ ਨਹੀਂ ਆਇਆ ਕਿੱਥੇ ਹੋਇਆ ਸੀ ਉਹ ਆਇਆ ਕੁੜੀ ਦੇ ਕੀ ਕਰਨ ਆਇਆ ਸੀ ਕੁੜੀ ਦੇ ਘਰ ਮਕਲਾਵਾ ਲੈਣ ਆਏ ਸੀ ਮਕਲਾਵਾ ਲੈਣ ਆਏ ਸੀ ਕੁੜੀ ਨੂੰ ਵਾਪਸ ਲਿਜਾਣ ਆਏ ਲਿਜਾਣ ਆਏ ਸੀ ਕਿੱਧਰ ਦਾ ਰਹਿਣ ਵਾਲਾ ਸੀ ਉਹ ਮਰੀਦਕੇ ਦਾ ਰਹਿਣ ਅੱਛਾ ਫਿਰ ਕੁੜੀ ਦਾ ਫੋਨ ਆਇਆ ਉਹਨੇ ਕਿ ਅਸੀਂ ਇਸ ਤਰ੍ਹਾਂ ਇੱਧਰੋਂ ਦੀ ਜਾਣਾ ਪਿੱਛਾ ਕਿੱਥੋਂ ਸ਼ੁਰੂ ਕੀਤਾ ਪਿੱਛਾ ਅਸੀਂ ਮੁਗਲਪੁਰੇ ਕੀਤਾ ਉਹਦਾ ਮੁਗਲਪੁਰੇ ਤੋਂ ਪਿੱਛੇ ਲੱਗ ਗਏ ਜੀ ਸਰ ਫਿਰ ਚੁਬੱਚੇ ਫਾਟਕ ਉਹਨੇ ਕ੍ਰਾਸ ਕੀਤਾ ਤੇ ਉੱਥੇ ਅਸੀਂ ਉਹਨੂੰ ਮਾਰਿਆ ਚੁਬੱਚੇ ਫਾਟਕ ਕਿੱਥੇ ਬੈਠਾ ਹੋਇਆ ਸੀ ਪਿਛਲੀ ਰਿਕਸ਼ੇ ਤੇ ਬੈਠਾ ਸੀ ਪਿਛਲੀ ਸੀਟ ਤੇ ਕਿਹੜੇ ਰਿਕਸ਼ੇ ਤੇ ਚਿੰਗਜੀ ਰਿਕਸ਼ੇ ਤੇ ਅੱਛਾ ਉੱਥੇ ਉਹਨੂੰ ਮਾਰਿਆ ਉੱਥੇ ਫਿਰ ਉੱਤਰ ਕੇ ਮਾਰਿਆ ਗੋਲੀਆਂ ਕਿ ਬੈਠੇ ਹੀ ਮੋਟਰਸਾਈਕਲ ਤੇ ਤੋਂ ਗੋਲੀਆਂ ਚੱਲੀਆਂ ਮੋਟਰਸਾਈਕਲ ਤੇ ਬੈਠੇ ਪਿੱਛੇ ਇਕੱਲਾ ਸੀ ਉਹ ਜੀ ਨਹੀਂ ਨਹੀਂ ਉਹਦਾ ਪਿਓ ਸੀ ਤੇ ਉਹਦਾ ਭਰਾ ਸੀ ਕਿੰਨੀਆਂ ਗੋਲੀਆਂ ਮਾਰੀਆਂ ਗੋਲੀਆਂ ਦਾ ਨਹੀਂ ਪਤਾ 6-7 ਹੈਗੀਆਂ ਸੀ ਵਿੱਚ ਸਿੱਧੀਆਂ ਮਾਰਤੀਆਂ ਜੀ ਸਰ ਅੱਛਾ ਮਾਰਨ ਤੋਂ ਬਾਅਦ ਕੀ ਕੀਤਾ ਮਾਰਨ ਤੋਂ ਬਾਅਦ ਅਸੀਂ ਵਾਪਸ ਆ ਗਏ ਕਿੱਧਰ ਘਰ ਅੱਛਾ ਫਿਰ ਘਰ ਆਇਆ ਫਿਰ ਹਸਪਤਾਲ ਵੀ ਗਿਆ ਵਾ ਕੀ ਕਰਨ ਉਹ ਕੁੜੀ ਇੱਕ ਨੂੰ ਕਹਿੰਦੇ ਸੀ ਵੱਜੀ ਗੋਲੀ ਤੇ ਉਹਨੂੰ ਵੇਖਣ ਗਿਆ ਸਰ ਉਹ ਦੁਲਹਨ ਨੂੰ ਹਾਂਜੀ ਤੇਰੀ ਮਹਿਬੂਬਾ ਨੂੰ ਜੀ ਕੀ ਨਾਂ ਸੀ ਉਹਦਾ ਰਿਮਸ਼ਾ ਰਿਮਸ਼ਾ ਅੱਛਾ ਫਿਰ ਮਗਰ ਉਹਨੂੰ ਨਹੀਂ ਸੀ ਲੱਗੀ ਅੱਛਾ ਤੇ ਫਿਰ ਮੈਂ ਵਾਪਸ ਆ ਗਿਆ ਫਿਰ ਸੁਬਹ ਜਦੋਂ ਘਰ ਆਇਆ ਵਾਂ ਤੇ ਪੁਲਿਸ ਆ ਗਈ ਉਹਨਾਂ ਨੇ ਫਿਰ ਮੈਨੂੰ ਫੜ ਲਿਆ ਅੱਛਾ ਉਸ ਤੋਂ ਬਾਅਦ ਮੈਂ ਇੱਧਰ ਆ ਗਿਆ ਅਤੇ ਰਿਮਸ਼ਾ ਦੇ ਨਾਲ ਮੁਹੱਬਤ ਕੀਤੀ ਹੁਣ ਉਹਦੇ ਨਾਲ ਸ਼ਾਦੀ ਕਰਨੀ ਬੰਦਾ ਤਾਂ ਉਹਦਾ ਤੂੰ ਮਾਰਤਾ ਹੈਂ ਕੀ ਇਸ ਤਰ੍ਹਾਂ ਗਲਤੀ ਹੋ ਗਈ ਬਸ ਹੈਂ ਗਲਤੀ ਹੋ ਗਈ ਸਰ ਗਲਤੀ ਹੋ ਗਈ ਐਡਾ ਕੋਈ ਰਿਸਪੋਂਸ ਦਿੱਤਾ ਤੂੰ ਉਹਦਾ ਬੰਦਾ ਮਾਰਤਾ ਕਤਲ ਕਰਤਾ ਉਹਦਾ ਕੀ ਕਸੂਰ ਸੀ ਉਹਨੇ ਤੇਰੇ ਨਾਲ ਕੋਈ ਤਲਕ ਕਲਾਮੀ ਕੀਤੀ ਹੈਂ ਨਹੀਂ ਕੋਈ ਖਿਆਲ ਨਹੀਂ ਆਇਆ ਤੈਨੂੰ ਗੋਲੀ ਚਲਾਉਂਦੇ ਉਸ ਟਾਈਮ ਕਿੰਨੀ ਕੁ ਸ਼ਦੀਦ ਮੁਹੱਬਤ ਸੀ ਜਿਹੜੀ ਉਹਦੀ ਮਾਂ ਨਹੀਂ ਰਿਸ਼ਤਾ ਹੁੰਦੇ ਰਹੀ ਸੀ ਉਹਨੂੰ ਕਦੀ ਜਾ ਕੇ ਕਿਹਾ ਕਿ ਮੈਂ ਕੁਛ ਕਰ ਦਾਂਗਾ ਅਗਰ ਤੁਸੀਂ ਸ਼ਾਦੀ ਨਾ ਕੀਤੀ ਨਹੀਂ ਇਹ ਲਫ਼ਜ਼ ਕਦੀ ਨਹੀਂ ਕਿਹਾ ਅਤੇ ਹੁਣ ਪਲੈਨਿੰਗ ਕੀ ਸੀ ਉਹਨੇ ਤੈਨੂੰ ਕਿਹਾ ਮਾਰ ਦੇ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਸੀ ਉਸ ਤੋਂ ਬਾਅਦ ਯਾਨੀ ਕਿ ਉਹਨੇ ਕਿਹਾ ਸੀ ਕਿ ਜਦੋਂ ਤੂੰ ਉਹਨੂੰ ਮਾਰ ਦੇਗਾ ਨਾ ਫਿਰ ਮੇਰੇ ਘਰ ਤੁਸੀਂ ਰਿਸ਼ਤਾ ਭੇਜੇਗਾ ਤਾਂ ਮੇਰੀ ਮਾਂ ਮੰਨ ਜਾਏਗੀ ਸ਼ਾਇਦ ਰਿਸ਼ਤੇ ਵਾਸਤੇ ਅੱਛਾ ਉਸ ਤੋਂ ਪਹਿਲੇ ਨਹੀਂ ਸਾਡਾ ਰਿਸ਼ਤਾ ਹੋ ਸਕਦਾ ਅਤੇ ਇਹ ਸੋਚਿਆ ਵੀ ਨਹੀਂ ਕਿ ਤੇਰੇ 'ਤੇ ਸ਼ੱਕ ਆਏਗਾ ਜਾਂ ਤੂੰ ਫੜਿਆ ਜਾਏਗਾ ਸੋਚਿਆ ਸਰ ਮੈਂ 8 ਮਹੀਨੇ ਤੋਂ ਯਾਨੀ ਕਿ 8 ਮਹੀਨੇ ਪਹਿਲਾਂ ਉਹਨੇ ਮੈਨੂੰ ਇਹ ਲਫ਼ਜ਼ ਕਿਹਾ ਸੀ ਮਗਰ ਮੈਂ ਨਹੀਂ ਹੈ ਕੀਤਾ ਕੰਮ ਕਦਮ ਨਹੀਂ ਚੁੱਕਿਆ ਉਹਨੂੰ ਮਾਰਨ ਵਾਲਾ ਅੱਛਾ 8 ਮਹੀਨੇ ਪਹਿਲੇ ਤੋਂ ਜ਼ੇਨ ਦੇ ਵਿੱਚ ਜ਼ੇਨ ਦੇ ਵਿੱਚ ਸੀ ਮਗਰ ਮੈਂ ਉਹਨੂੰ ਮਾਰਿਆ ਨਹੀਂ ਸੀ ਨਾ ਉਹਨਾਂ ਤੋਂ ਪਿੱਛੇ ਕੀਤਾ ਕਦੀ ਆਉਂਦੇ ਰਹੇ ਨੇ ਇੱਥੇ ਕਿੰਨੀ ਦਫ਼ਾ ਆਏ ਨੇ ਮਗਰ ਮੈਂ ਕਦੀ ਇਹੋ ਜਿਹਾ ਨਹੀਂ ਸੋਚਿਆ ਮਗਰ ਉਸ ਦਿਨ ਰਾਤ ਨੂੰ ਮਹਿੰਦੀ 'ਤੇ ਗਏ ਹਾਂ ਆਪਣੀ ਦੋਸਤ ਦੀ ਅਤੇ ਉੱਥੇ ਯਾਨੀ ਕਿ ਨਸ਼ਾ ਵਗੈਰਾ ਕਰ ਸ਼ਰਾਬ ਪੀਤੀ ਸੀ ਅੱਛਾ ਅਤੇ ਇਹਦਾ ਫੋਨ ਆਇਆ ਸੀ ਅਤੇ ਰੋਂਦੀ ਸੀ ਗੁੱਸੇ ਵਿੱਚ ਬਾਅਦ 'ਚ ਉਹਨੇ ਕਿਹਾ ਫਿਰ ਗਿਆ ਫਿਰ ਕਰਨਾ ਪਿਆ ਫਿਰ ਕਰਨਾ ਮੈਂ ਬੱਜੂ ਇੰਨੀ ਗਈ ਸੀ ਪਿਆਰ ਵਾਵਾ ਕਰਦਾ ਹੈ ਤੂੰ ਉਹਦੇ ਨਾਲ ਜੀ ਹੁਣ ਵੀ ਹੈਂ ਹੁਣ ਕਿੱਥੇ ਹੁਣ ਕਿਉਂ ਨਹੀਂ ਕਰਦਾ ਹੁਣ ਕੀ ਹੋਇਆ ਪਿਆਰ ਨੂੰ ਉਹਦੇ ਖਾਤਰ ਤੂੰ ਬੰਦਾ ਤਾਂ ਮਾਰਤਾ ਹੁਣ ਮੁਹੱਬਤ ਨੂੰ ਕੀ ਹੋਇਆ ਹੈਂ ਕੁਛ ਵੀ ਨਹੀਂ ਸਰ ਅਤੇ ਕੋਈ ਮਤਲਬ ਉਸ ਤੋਂ ਬਾਅਦ ਕੋਈ ਸ਼ਰਮ ਮਹਿਸੂਸ ਹੋਵੇ ਹੋਈ ਹੋਵੇ ਕਿ ਉਹ ਮੁੰਡਾ ਮਾਰਤਾ ਫਿਰ ਤੂੰ ਮਹਿਬੂਬਾ ਨੂੰ ਵੇਖਣ ਗਿਆ ਕਿ ਉਹਨੂੰ ਗੋਲੀ ਵੱਜ ਗਈ ਐਸੇ ਟੈਨਸ਼ਨ 'ਚ ਲੱਗਾ ਰਿਹਾ ਉਹਦੇ ਨਾਲ ਗੱਲ ਨਹੀਂ ਹੋਈ ਕਤਲ ਕਰਨ ਤੋਂ ਬਾਅਦ ਨਹੀਂ ਹੁਣ ਇਸ਼ਾਰਾ ਕਰਕੇ ਗਿਆ ਚਿੰਗਚੀ 'ਤੇ ਬੈਠੇ ਨਹੀਂ ਨਹੀਂ ਉਹ ਵਾਪਸ ਚਲਾ ਗਿਆ ਉਸ ਤੋਂ ਬਾਅਦ ਕੋਈ ਗੁਫ਼ਤਗੂ ਨਹੀਂ ਹੋਈ ਇੱਥੇ ਜਦੋਂ ਫੜੀ ਗਏ ਇੱਥੇ ਵੀ ਨਹੀਂ ਇੱਥੇ ਤੇਰੇ ਨਾਲ ਨਹੀਂ ਖਲੋਤੀ ਆ ਕੇ ਖੜੇ ਹੋਏ ਨੇ ਲੈਦਾ ਸੀ ਮਗਰ ਗੁਫ਼ਤਗੂ ਕੋਈ ਨਹੀਂ ਕੀਤੀ ਕੀ ਕਹਿੰਦੀ ਹੈ ਹੁਣ ਕੁੜੀ ਤੇਰੇ ਨਾਲ ਸ਼ਾਦੀ ਕਰੇਗੀ ਮੈਨੂੰ ਮਿਲੇ ਨਹੀਂ ਉਹ ਸਾਹਮਣੇ ਪੁਲਿਸ ਦੇ ਸਾਹਮਣੇ ਤੂੰ ਹੋਏ ਤੇ ਸੀ ਉਹ ਕਹਿੰਦੀ ਕੀ ਕਹਿੰਦੀ ਹੋਏ ਸਾਹਮਣੇ ਮਗਰ ਗੱਲਬਾਤ ਨਹੀਂ ਕੀਤੀ ਅਸੀਂ ਉਹ ਕਹਿੰਦੀ ਮੇਰੇ ਨਾਲ ਕਹਿੰਦੀ ਨਹੀਂ ਕਰਨੀ ਨਹੀਂ ਕਰਨੀ ਤਾਂ ਫਿਰ ਬੰਦਾ ਤੂੰ ਮਾਰਤਾ ਯਾਰ ਹੈ ਕੋਈ ਸ਼ਰਮ ਨਹੀਂ ਆਈ ਕਿੱਥੇ ਗਈ ਮੁਹੱਬਤ ਤੇਰੀ ਕਿਹੜੇ ਕਿਹੜੇ ਕਸਮਾਂ ਵਾਅਦੇ ਕੀਤੇ ਸੀ ਮੁਹੱਬਤ ਦੇ ਉੱਤੇ ਹੁਣ ਕੀ ਮੁਸਤਕਬਿਲ ਹੈ ਤੇਰਾ ਤੇਰੇ ਘਰ ਵਾਲਿਆਂ ਦਾ ਕੀ ਮੁਸਤਕਬਿਲ ਹੈ ਉਹ ਜਿਹੜੇ ਤੇਰੇ ਕਮਾਨ ਦੀ ਵਜ੍ਹਾ ਤੋਂ ਖਾਂਦੇ ਸੀ ਉਹ ਕੀ ਕਰਦੇ ਹੋਣੇ ਹੈ ਕੋਈ ਹੋਰ ਤੁਹਾਡੇ ਇਲਾਵਾ ਤੇਰੇ ਇਲਾਵਾ ਭਰਾ ਹੈਗਾ ਕੋਈ ਛੋਟੇ ਨੇ ਕੰਮ ਕਰਦਾ ਕੋਈ ਨਹੀਂ
तो फिर कैसी लगी मोहब्बत? हुन सुकून है? हुन की होना चाहिए? तेन सजा की मिलनी चाहिए? सजा की मिलनी चाहिए? पता नहीं है, नहीं पता की होंगी है सजा? पता है कतल दी? कदी सुनी नहीं? मासूम आदमी है, प्यार भी करना है, कतल भी करना है, प्लानिंग भी करना है, यह नहीं पता कि सजा की मिलती? जेडे कतल करते उन्होंने सजा की मिलती है? नहीं पता इस चीज। जेल च फांसी नहीं होंगी? वो कि होंगी कतल आ लिया? तेन होनी चाहिए? तू बिला वजह एक बंदा मारता जेदा कोई कसूर नहीं सी, ना तेरा उहदे नाल अदावत सी, ना तेरी उहदे नाल लड़ाई हुई कोई, बिला वजह मारता ना अपनी महबूबा दे कहन ते, ते की सजा होनी चाहिए तेन? फांसी दी के माफ कर दे? तेन माफ कर दे? दोबारा शादी करेंगा उहदे नाल? कुड़ी ना करेंगा शादी? हैं, बोल ना, आवाज क्यों नहीं आ रही तेरी?